सो सो रोगी रोग रहत मेरा सतगुरु जोगी। प्रकृति ने मनुख नू तन ते एक दिता है, लेकिन तन दियां समस्यावां अनेक, रोग अनेक। पूरी मनुखता अज तक पता नहीं कितनियां महामारियां तो लंघ चुकी है। ताऊन, टीबी, तपेदिक, मयादी बुखार और इस तरह दे पता नहीं कितने भयंकर रोग जो कई दफा बस्तियां दियां बस्तियां उजाड़दे रहे ने, शहरां दे शहर तबाह करदे रहे ने। एक नू शमशान तक पहुंचाना, दूजा शमशान तक पहुंचण लई तैयार बैठा है। इस तरह दियां महामारियां समुचे विश्व देश आईयां ने। हर देश किसे न किसे महामारी तो लंघे है। महामारी जिस देश बहुत ही लपेट देश आ जान, लेकिन एक एक रोग दी गिनती करिए ते गुरु नानक देव जी महाराज दे इस कथन नू, गुरबाणी दे इस कथन नू के जो जो दीसे सो सो रोगी, तो इस ढंग नाल महामारी हर वक्त मौजूद है। अगर सारे रोगी ने तो महामारी हर वक्त मौजूद है। अनेका रोग ते शरीर एक, अनेका बीमारियां ते तन एक। जितने ज्ञान इंद्रे ने इन्हां दे भी रोग ने। कदी अखां दुखणियां आ जांदियां ने, देखना औखा हो जांदा है। कदी कन दुखण लग पैंदे ने, सुनना औखा हो जांदा है। कदी कंठ गला दुखण लग पैंदा है, बोलना औखा हो जांदा है। कदली नजले ते जुकाम नाल नासका ही इतनी भारी हो जांदी है, सुंघना औखा हो जांदा है। और कदी समुचे बदन देते शरीर देते ताप बुखार इस ढंग नाल प्रगट होंदा है कि स्पर्शता दा बोध भी नहीं रहिंदा। ज्ञान इंद्रियां दी बीमारी तो इलावा समुचे शरीर दे अनेका रोग ने। किधरे दिल दी बीमारी, किधरे दिमाग दी समस्या, किधरे गुर्दनियां दी बीमारी, किधरे फेफड़ियां दी समस्या, किधरे हड्डियां दा कमजोर हो जाना, टुट जाना। वरस के तन ते एक है, पर अनेकां तरहां दियां रोगां दियां समस्यावां नालों इह घिरे होया है। कुछ विचारकां ने ते भुख नूं भी रोग कह दिता है। कई दफा इह दिन विच चार चार दफा रोग लगदा है, दो दफा ते लगदा ही है। और यह भुख दा रोग मिटदा है भोजन दी दवाई नाल। कुछ धार्मिक चिंतक प्यास नूं भी रोग कहिंदे ने। प्यास ने व्याकुल कीता है, प्यास ने बेहाल कर दिता है, ते हुण इस दा भी इलाज पाणी है। ना दिओ
ਤੇ ਇਹ ਰੋਗ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਨਾ ਦੇ ਭੋਜਨ ਤੋ ਇਹ ਭੁੱਖ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਇਸ ਵਾਸਤੇ ਭਗਤਾਂ ਦੀ ਦੁਨੀਆਂ 'ਚ ਤੇ ਇਹ ਬੋਲ ਪ੍ਰਚਲਿਤ ਰਹੇ ਨੇ ਕਿ ਮੌਤ ਨਾਲੋਂ ਵੀ ਭੁੱਖ ਬੁਰੀ ਹੈ, ਸ਼ਾਇਦ ਮੌਤ ਵੀ ਇਤਨੀ ਪੀੜਾ ਨਾ ਦਿੰਦੀ ਹੋਵੇ ਜਿਤਨੀ ਕਿ ਭੁੱਖ ਪੀੜਾ ਦੇ ਜਾਂਦੀ ਹੈ। ਤੋ ਇਸ ਤਰ੍ਹਾਂ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਤਨ ਉਲਝਿਆ ਹੋਇਆ, ਗ੍ਰਸਿਆ ਹੋਇਆ। ਕਈ ਦਫ਼ਾ ਇੱਕ ਸਮੱਸਿਆ ਦਾ ਸਮਾਧਾਨ ਲੱਭਦਾ ਹੈ, ਦੂਜੀ ਆਣ ਘੇਰਦੀ ਹੈ। ਇੱਕ ਰੋਗ ਦਾ ਇਲਾਜ ਕਰਦੇ ਹਾਂ, ਉਹ ਠੀਕ ਹੋਣ ਲੱਗਦਾ ਹੈ, ਦੂਸਰਾ ਪੈਦਾ ਹੋ ਜਾਂਦਾ ਹੈ। ਕਹਿੰਦੇ ਨੇ ਬੇਸ਼ਤਰ ਦਵਾਈਆਂ ਸਾਈਡ ਇਫੈਕਟ ਕਰਦੀਆਂ ਨੇ, ਇੱਕ ਰੋਗ ਨੂੰ ਦਬਾਉਂਦੀਆਂ ਨੇ, ਦੂਸਰਾ ਪੈਦਾ ਕਰਦੀਆਂ ਨੇ। ਪਰ ਮੈਂ ਤਾਂ ਐਸਾ ਅਨੁਭਵ ਕਰਦਾ ਹਾਂ, ਜੇ ਆਪਣੇ ਆਪ ਵਿੱਚ ਵੀ ਲਈਏ, ਇੱਕ ਬੁਖਾਰ ਦਬਦਾ ਹੈ, ਦੂਸਰਾ ਪੈਦਾ ਹੁੰਦਾ ਹੈ, ਇੱਕ ਰੋਗ ਹਟਦਾ ਹੈ, ਦੂਸਰਾ ਆ ਜਾਂਦਾ ਹੈ। ਔਰ ਪਤਾ ਨਹੀਂ ਕਿਤਨੀਆਂ ਜ਼ਿੰਦਗੀਆਂ ਰੋਗ ਵਿੱਚ ਗ੍ਰਸੀਆਂ ਹੋਈਆਂ ਨੇ, ਔਰ ਜੀਵਨ ਭਰ ਰੋਗਾਂ ਵਿੱਚ ਜੀਵਣਾ ਪੈਂਦਾ ਹੈ। ਆਮ ਤੇ ਕਹਿੰਦੇ ਨੇ ਪਰਿਵਾਰ ਵਿੱਚ ਜੀ ਰਹੇ ਹਾਂ, ਸੰਸਾਰ ਵਿੱਚ ਜੀ ਰਹੇ ਹਾਂ, ਪਦਾਰਥਾਂ ਵਿੱਚ ਜੀ ਰਹੇ ਹਾਂ, ਪਰ ਮੈਨੂੰ ਤੇ ਐਸਾ ਮਹਿਸੂਸ ਹੁੰਦਾ ਹੈ ਰੋਗਾਂ ਵਿੱਚ ਜੀ ਰਹੇ ਹਾਂ, ਹਰ ਵਕਤ ਬਿਮਾਰੀਆਂ ਵਿੱਚ ਜੀ ਰਹੇ ਹਾਂ। ਇਹਨਾਂ ਰੋਗਾਂ ਦੇ ਕਾਰਨ ਵਿਗਿਆਨ ਆਪਣੇ ਢੰਗ ਨਾਲ ਦੱਸਦਾ ਹੈ, ਧਰਮ ਆਪਣੇ ਢੰਗ ਨਾਲ ਦੱਸਦਾ ਹੈ। ਵਿਗਿਆਨ ਐਸਾ ਕਹਿੰਦਾ ਹੈ ਕਿ ਬੇਸ਼ਤਰ ਰੋਗ ਆਹਾਰਕ ਰੋਗ ਨੇ, ਸਰੀਰ ਦੇ ਅਨੁਕੂਲ ਆਹਾਰ ਨਹੀਂ ਕੀਤਾ, ਸਰੀਰ ਰੋਗੀ ਹੋ ਗਿਆ। ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ, ਔਰ ਖਾਸ ਕਰਕੇ ਇਸ ਦੇ 'ਚ ਤਿੰਨ ਤੱਤ ਐਸੇ ਨੇ, ਅਗਰ ਇਹ ਵਧਣ, ਅਗਰ ਇਹ ਘਟਣ, ਇਹਦੇ ਨਾਲ ਸਰੀਰ ਦਾ ਸੰਤੁਲਨ ਡਾਵਾਂ ਡੋਲ ਹੋ ਜਾਂਦਾ ਹੈ। ਉਹਨੇ ਵਾਤ ਪਿੱਤ ਕਫ, ਉਹ ਹੈ ਵਾਯੂ, ਉਹ ਹੈ ਪਾਣੀ, ਔਰ ਉਹ ਹੈ ਅਗਨੀ। ਅਗਰ ਇਹ ਵੱਧ ਜਾਣ ਤਾਂ ਸਰੀਰ ਰੋਗੀ, ਅਗਰ ਇਹ ਘਟ ਜਾਣ ਤਾਂ ਸਰੀਰ ਰੋਗੀ। ਮੂਲ ਸਰੀਰ ਦੀਆਂ ਬਿਮਾਰੀਆਂ ਦਾ ਕਾਰਨ ਆਯੁਰਵੇਦ ਆਚਾਰੀਆ ਇਹੀ ਦੱਸਦੇ ਰਹੇ, ਵੱਧ ਗਈ ਅਗਨ ਜਾਂ ਘਟ ਗਈ ਅਗਨ, ਵੱਧ ਗਈ ਪਾਣੀ ਦੀ ਤਾਸੀਰ ਜਾਂ ਘਟ ਗਈ, ਵਾਯੂ ਵੱਧ ਗਈ ਜਾਂ ਮਿਗਦਾਰ ਤੋਂ ਘੱਟ, ਤੋ ਸਰੀਰ ਅਸਵਸਥ ਹੋ ਜਾਏਗਾ। ਤੱਤਾਂ ਦਾ ਇਹ ਤਵਾਜ਼ਨ ਕਿਵੇਂ ਘਟਦਾ ਹੈ, ਕਿਵੇਂ ਵੱਧਦਾ ਹੈ? ਖਾਣ ਪਾਣ ਨਾਲ। ਹਰ ਵਕਤ ਮਨੁੱਖ ਉਹਨਾਂ ਹੀ ਚੀਜ਼ਾਂ ਨੂੰ ਖਾ ਰਿਹਾ ਹੈ ਜਿਨ੍ਹਾਂ ਦੀ ਤਾਸੀਰ ਗਰਮ ਹੈ। ਬਹੁਤ ਸਾਰੀਆਂ ਐਸੀਆਂ ਸਾਗ ਸਬਜ਼ੀਆਂ ਨੇ, ਪਦਾਰਥ ਨੇ ਜੋ ਗਰਮ ਨੇ। ਇੱਕ ਮਸਾਲਾ ਜੋ ਆਮ ਵਰਤਿਆ ਜਾਂਦਾ ਉਹਦਾ ਤੇ ਨਾਂ ਹੀ ਪੈ ਗਿਆ ਗਰਮ ਮਸਾਲਾ, ਗਰਮ ਹੈ।
ਉਹਦੀ ਤਾਸੀਰ ਬਹੁਤ ਗਰਮ ਹੈ। ਦਿਨ ਰਾਤ ਕੋਈ ਮਨੁੱਖ ਐਸੀਆਂ ਚੀਜ਼ਾਂ ਖਾਵੇ ਜਿਨ੍ਹਾਂ ਦੀ ਤਾਸੀਰ ਗਰਮ ਹੈ ਔਰ ਲਗਾਤਾਰ ਖਾਂਦਾ ਜਾਏ ਔਰ ਜ਼ਰੂਰਤ ਤੋਂ ਜ਼ਿਆਦਾ ਖਾਂਦਾ ਜਾਏ ਤਾਂ ਇਹ ਸਰੀਰ ਪਿੱਤ ਪ੍ਰਧਾਨ ਹੋ ਜਾਏਗਾ, ਗਰਮੀ ਪ੍ਰਧਾਨ ਹੋ ਜਾਏਗੀ। ਐਸੀਆਂ ਵੀ ਚੀਜ਼ਾਂ ਨੇ ਜਿਨ੍ਹਾਂ ਦੀ ਤਾਸੀਰ ਬਹੁਤ ਠੰਡੀ ਹੈ, ਪਾਣੀ ਦਾ ਸੁਭਾਅ ਹੈ ਉਹਨਾਂ ਵਿੱਚ, ਪਾਣੀ ਪ੍ਰਧਾਨ ਹੈ। ਤਾਂ ਐਸੀ ਚੀਜ਼ ਕੋਈ ਬਹੁਤ ਮਿਕਦਾਰ ਵਿੱਚ ਖਾਵੇ, ਲੋੜ ਤੋਂ ਵੱਧ ਖਾਵੇ, ਤਾਂ ਫਿਰ ਸਰੀਰ ਵਿੱਚ ਕਫ ਪ੍ਰਧਾਨ ਹੋ ਜਾਏਗੀ ਔਰ ਬੇਸ਼ਤਰ ਐਸੀਆਂ ਚੀਜ਼ਾਂ ਨੇ ਜੋ ਆਪਣੇ ਵਿੱਚ ਵਾਯੂ ਜ਼ਿਆਦਾ ਰੱਖਦੀਆਂ ਨੇ, ਬਾਦੀ, ਬਾਦ ਹਵਾ ਨੂੰ ਕਹਿੰਦੇ ਨੇ। ਅਗਰ ਉਹ ਹੀ ਕੋਈ ਖਾਂਦਾ ਜਾਏ, ਬਹੁਤ ਖਾਂਦਾ ਜਾਏ, ਤਾਂ ਮਿਕਦਾਰ ਤੋਂ ਜ਼ਿਆਦਾ ਸਰੀਰ ਵਿੱਚ ਹਵਾ ਹੋ ਜਾਏਗੀ, ਸਰੀਰ ਬਾਦੀ ਹੋ ਜਾਏਗਾ, ਵਾਯੂ ਗ੍ਰਸਤ ਹੋ ਜਾਏਗਾ, ਰੋਗੀ ਹੋ ਜਾਏਗਾ। ਦਰਅਸਲ ਬੇਸ਼ਤਰ ਦਵਾਈਆਂ ਇਹਨਾਂ ਤੱਤਾਂ ਦੇ ਸੰਤੁਲਨ ਨੂੰ ਕਾਇਮ ਰੱਖਣ ਵਾਸਤੇ ਨੇ, ਵਿਗੜ ਗਿਆ ਜੋ ਤਵਾਜ਼ਨ ਉਹਨੂੰ ਠੀਕ ਕਰਨ ਵਾਸਤੇ ਨੇ। ਲੇਕਿਨ ਕਈ ਦਫਾ ਤਵਾਜ਼ਨ ਠੀਕ ਕਰਦਿਆਂ ਕਰਦਿਆਂ ਕੁਛ ਨਾ ਕੁਛ ਹੋਰ ਰੋਗ ਨਮੋਦਾਰ ਹੋ ਜਾਂਦੇ ਨੇ ਔਰ ਐਸਾ ਦੇਖਦੇ ਹਾਂ ਮਨੁੱਖ ਨੂੰ ਜੀਵਨ ਭਰ ਰੋਗ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ। ਦਾਇਮੀ ਰੋਗ ਭੁੱਖ ਤੇ ਹੈ ਹੀ, ਦਾਇਮੀ ਰੋਗ ਪਿਆਸ ਤੇ ਹੈ ਹੀ, ਜੱਦੀ ਰੋਗ, ਸਦੀਵੀ ਰੋਗ, ਆਦਿ ਰੋਗ, ਔਰ ਫਿਰ ਇਹ ਭੁੱਖ ਤੋਂ ਬੇਬਲ ਹੋਇਆ ਮਨੁੱਖ ਖਾਂਦਾ ਹੈ ਔਰ ਸੰਜਮਹੀਣਾ ਖਾਂਦਾ ਹੈ, ਗਿਆਨਹੀਣਾ ਖਾਂਦਾ ਹੈ, ਤਾਂ ਸਰੀਰ ਦੇ ਸੰਤੁਲਨ ਡਾਵਾਂ ਡੋਲ ਆਉਂਦੇ ਨੇ। ਇਸ ਤਰ੍ਹਾਂ ਸਰੀਰ ਦੇ ਅੰਤ ਤੱਕ ਬਹੁਤ ਸਾਰੀਆਂ ਬਿਮਾਰੀਆਂ ਆਪਣਾ ਘਰ ਬਣਾ ਲੈਂਦੀਆਂ ਨੇ ਅਤੇ ਇਹਨਾਂ ਬਿਮਾਰੀਆਂ ਦੇ ਕਾਰਨ ਕਰਕੇ ਵਕਤ ਤੋਂ ਪਹਿਲੇ ਸਰੀਰ ਦਾ ਅੰਤ ਹੋ ਜਾਂਦਾ ਹੈ। ਬਿਮਾਰੀਆਂ ਸਰੀਰ ਨੂੰ ਖਾ ਜਾਂਦੀਆਂ ਨੇ, ਬਿਮਾਰੀਆਂ ਹੀ ਸਰੀਰ ਦੀ ਕਬਰ ਬਣ ਜਾਂਦੀਆਂ ਨੇ। ਸਰੀਰ ਦੇ ਚੋਂ ਰੋਗ ਕੱਢਣ ਲਈ ਕੁਛ ਵੱਖ ਵੱਖ ਪਦਤੀਆਂ ਅੱਗੇ ਆਈਆਂ, ਜੈਸੇ ਪੁਰਾਣੇ ਤਾਂਤਰਿਕ ਮੰਤਰਾਂ ਦੇ ਰਾਹੀਂ ਉਪਚਾਰ ਕਰਨਾ, ਮੰਤਰਾਂ ਦੇ ਰਾਹੀਂ ਰੋਗਾਂ ਨੂੰ ਦੂਰ ਕਰਨਾ। ਦਾੜ ਦੁਖਦੀ ਹੈ, ਮੰਤਰ, ਕੰਨ ਦੁਖਦੇ ਨੇ, ਮੰਤਰ, ਅੱਖਾਂ ਦੁਖਦੀਆਂ ਨੇ, ਮੰਤਰ, ਕੋਈ ਬੁਖਾਰ ਚੜਿਆ ਹੈ, ਮੰਤਰ, ਔਰ ਇਹਨਾਂ ਮੰਤਰਾਂ ਦਾ ਮਨੋਵਿਗਿਆਨ ਇਹੀ ਆਉਂਦਾ ਸੀ ਕਿ ਮਰੀਜ਼ 'ਤੇ ਪ੍ਰਭਾਵ ਪਏ ਕਿ ਮੰਤਰ ਨੇ ਕੰਮ ਕਰਨਾ ਹੈ। ਅਗਰ ਉਸਦੀ ਸ਼ਰਧਾ ਹੈ, ਅਗਰ ਉਸਦਾ ਭਰੋਸਾ ਹੁੰਦਾ ਸੀ, ਅਗਰ ਉਹ ਮੰਨ ਲਏ ਕਿ ਹਾਂ ਹੁਣ ਮੈਂ ਠੀਕ ਹੋ ਜਾਵਾਂਗਾ, ਤਾਂ ਉਸਦਾ ਭਰੋਸਾ ਬਹੁਤ ਵੱਡਾ ਕੰਮ ਕਰ ਜਾਂਦਾ ਸੀ। ਜਾਂ ਇੰਝ ਕਹਿ ਲਓ ਆਪਣੇ ਭਰੋਸੇ ਨਾਲ ਉਹ ਠੀਕ ਵੀ ਹੋ ਜਾਂਦਾ ਸੀ। ਲੇਕਿਨ ਮੰਤਰ
ਜਿਸ ਨੇ ਸਿੱਧ ਕੀਤਾ ਹੁੰਦਾ ਸੀ, ਜਿਸ ਨੂੰ ਮੰਤਰੀ ਕਹਿੰਦੇ ਸਨ, ਮੰਤਰੀ ਕਹਿੰਦੇ ਸਨ, ਉਹਦਾ ਮੰਤਰ ਕਿਸੇ ਇੱਕ ਰੋਗ ਤੇ ਹੀ ਕੰਮ ਕਰਦਾ ਸੀ। ਅਨੇਕਾਂ ਰੋਗ ਨੇ ਤਾਂ ਅਨੇਕਾਂ ਮੰਤਰੀਆਂ ਦੇ ਪਾਸ, ਅਨੇਕਾਂ ਸਿਆਣਿਆਂ ਦੇ ਪਾਸ ਜਾਣਾ ਪੈਂਦਾ ਸੀ, ਜਿਨ੍ਹਾਂ ਦੇ ਮੰਤਰ ਚੱਲਦੇ ਸਨ, ਜਿਨ੍ਹਾਂ ਦੇ ਬੋਲ ਦੇ ਨਾਲ, ਜਿਨ੍ਹਾਂ ਦੇ ਮੰਤਰਾਂ ਦੇ ਨਾਲ ਬਿਮਾਰੀਆਂ ਹਟ ਜਾਂਦੀਆਂ ਸਨ। ਕਾਫੀ ਲੰਬੇ ਸਮੇਂ ਤੱਕ ਸਾਰੀ ਦੁਨੀਆਂ ਵਿੱਚ ਇਸ ਤਰ੍ਹਾਂ ਦੇ ਲੋਕਾਂ ਦਾ ਪ੍ਰਭਾਵ ਰਿਹਾ ਹੈ, ਔਰ ਕਿਧਰੇ ਕਿਧਰੇ ਥੋੜੇ ਰੂਪ ਵਿੱਚ ਅੱਜ ਵੀ ਹੈ। ਅਗਾਂਹ ਚੱਲ ਕੇ ਆਯੁਰਵੇਦ ਅੱਗੇ ਆਈ, ਉਸਨੇ ਕੁਛ ਜੜੀ ਬੂਟੀਆਂ ਦੀ ਤਾਸੀਰ ਵੇਖੀ ਔਰ ਇਸ ਢੰਗ ਦਾ ਇਲਾਜ ਸ਼ੁਰੂ ਹੋਇਆ। ਅਗਰ ਕੋਈ ਕਫ ਪ੍ਰਧਾਨ ਹੈ ਤਾਂ ਉਸਨੂੰ ਉਹ ਜੜੀ ਬੂਟੀਆਂ ਦੇਈਏ ਜੋ ਗਰਮ ਤਰਨ ਹੈ। ਜੋ ਵਾਯੂ ਪ੍ਰਧਾਨ ਨੇ ਉਸਨੂੰ ਐਸੀ ਔਸ਼ਧੀਆਂ ਦੇਈਏ ਜੋ ਸਰੀਰ ਦੇ ਫਾਲਤੂ ਵਾਯੂ ਨੂੰ ਕੱਢ ਦੇਵੇ। ਔਰ ਜੋ ਪਿੱਤ ਪ੍ਰਧਾਨ ਸਰੀਰ ਹੈ ਉਸਨੂੰ ਐਸੀ ਔਸ਼ਧੀਆਂ ਦੇਈਏ, ਐਸੀ ਬਨਸਪਤੀ ਜਿਸ ਦੀ ਤਾਸੀਰ ਠੰਡੀ ਹੈ। ਕਾਫੀ ਲੰਬੇ ਸਮੇਂ ਤੱਕ ਆਯੁਰਵੇਦ ਦਾ ਆਪਣਾ ਪ੍ਰਭਾਵ ਰਿਹਾ। ਸਰੀਰ ਦੇ ਬੁਖਾਰਾਂ ਨੂੰ, ਜਬਰ ਤਾਪ ਨੂੰ ਦੂਰ ਕਰਨ ਵਿੱਚ ਇਹ ਆਯੁਰਵੇਦ ਆਚਾਰੀਆ ਅੱਗੇ ਅੱਗੇ ਰਹੇ ਨੇ ਔਰ ਕਾਫੀ ਸਫਲਤਾ ਇਹਨਾਂ ਨੂੰ ਪ੍ਰਾਪਤ ਹੋਈ। ਲੇਕਿਨ ਫਿਰ ਵੀ ਪੂਰਨ ਤੌਰ ਤੇ ਸਮੁੱਚੀ ਮਨੁੱਖਤਾ ਕਦੀ ਸਵਸਥ ਨਾ ਹੋ ਸਕੀ, ਕਦੀ ਤੰਦਰੁਸਤ ਨਾ ਹੋ ਸਕੀ, ਕਦੀ ਵੀ ਠੀਕ ਨਾ ਹੋ ਸਕੀ। ਤੋ ਆਯੁਰਵੇਦ ਤੋਂ ਬਾਅਦ ਐਲੋਪੈਥੀ ਅੱਗੇ ਆਈ, ਨਵੇਂ ਉਪਕਰਨ ਲੈ ਕੇ, ਨਵੀਆਂ ਦਵਾਈਆਂ ਲੈ ਕੇ, ਨਵੇਂ ਵਿਚਾਰ ਲੈ ਕੇ, ਔਰ ਸਹਿਜੇ ਸਹਿਜੇ ਸਾਰੀ ਦੁਨੀਆਂ ਵਿੱਚ ਇਹ ਐਲੋਪੈਥੀ ਪੱਧਤੀ ਹਾਵੀ ਹੋ ਗਈ, ਛਾ ਗਈ। ਮਨੁੱਖ ਇਸ ਦੇ ਹੇਠ ਆ ਗਿਆ, ਮਨੁੱਖ ਇਸ ਦਾ ਬਹੁਤ ਵਿਸ਼ਵਾਸ ਕਰਨ ਲੱਗ ਪਿਆ। ਪਰ ਦੇਖਣ ਦੇ ਵਿੱਚ ਇਹ ਆਇਆ ਹੈ ਕਿ ਦਵਾਈਆਂ ਨਾਲ ਮੈਡੀਕਲ ਸਟੋਰ ਭਰੇ ਪਏ ਨੇ, ਰੋਗਾਂ ਨਾਲ ਮਨੁੱਖ ਦੇ ਸਰੀਰ ਭਰੇ ਹੋਏ ਨੇ। ਜਿਤਨੇ ਦੇਰ ਤੱਕ ਨਵੀਂ ਤੋਂ ਕੋਈ ਨਵੀਂ ਦਵਾਈ ਮਾਰਕੀਟ ਦੇ ਵਿੱਚ ਆਉਂਦੀ ਹੈ, ਉਤਨੇ ਤੱਕ ਸਰੀਰ ਦੇ ਵਿੱਚ ਕੋਈ ਨਵੇਂ ਤੋਂ ਨਵਾਂ ਰੋਗ ਵੀ ਪੈਦਾ ਹੋ ਜਾਂਦਾ ਹੈ। ਹੌਸਪੀਟਲ ਮੌਜੂਦ ਨੇ, ਬਿਮਾਰ ਮੌਜੂਦ ਨੇ, ਦਵਾਈਆਂ ਮੌਜੂਦ ਨੇ, ਬਿਮਾਰ ਮੌਜੂਦ ਨੇ, ਭਰੇ ਪਏ ਨੇ ਮੈਡੀਕਲ ਸਟੋਰ ਦਵਾਈਆਂ ਨਾਲ, ਭਰੇ ਪਏ ਨੇ ਸਰੀਰ ਬਿਮਾਰੀਆਂ ਨਾਲ। ਔਰ ਹੁਣ ਤੇ ਸ਼ਰਮ ਨੂੰ, ਸੰਕੋਚ ਨੂੰ ਇੱਕ ਪਾਸੇ ਰੱਖ ਕੇ ਮੈਡੀਕਲ ਸਾਇੰਸ ਵੀ ਇਹ ਕਹਿਣ ਲੱਗ ਪਈ ਹੈ ਕਿ 60% ਬਿਮਾਰੀਆਂ ਸਾਡੇ ਕਾਬੂ ਵਿੱਚ ਨਹੀਂ ਨੇ, ਸਾਡੀ ਉਹਨਾਂ ਤੱਕ ਪਹੁੰਚ ਨਹੀਂ ਹੈ। ਇਹਨਾਂ ਵਿੱਚ ਤੇ ਕੁਛ ਬਹੁਤ ਮੋਟੀਆਂ ਮੋਟੀਆਂ ਨੇ, ਸ਼ੂਗਰ ਹੈ, ਕੈਂਸਰ ਹੈ, ਅੱਜ ਦਾ ਭਿਅੰਕਰ ਰੋਗ ਏਡਸ ਹੈ, ਔਰ ਇਸ ਤਰ੍ਹਾਂ ਦੇ ਕੁਛ ਹੋਰ ਨੇ। ਛੋਟੇ ਮੋਟੇ ਰੋਗ ਇਹ ਤੇ ਵਿਆਪਕ ਨੇ। ਐਲੋਪੈਥੀ ਜਦ ਸਾਰੀ ਮਨੁੱਖਤਾ ਨੂੰ
ਤੰਦਰੁਸਤ ਨਹੀਂ ਕਰ ਸਕੀ। ਹੋਮਿਓਪੈਥੀ ਅੱਗੇ ਆਈ, ਨਵੇਂ ਖਿਆਲ ਲੈ ਕੇ, ਨਵੀਆਂ ਦਵਾਈਆਂ ਲੈ ਕੇ, ਨਵੇਂ ਵਿਚਾਰ ਲੈ ਕੇ, ਨਵਾਂ ਸਿਧਾਂਤ ਲੈ ਕੇ। ਲੇਕਿਨ ਇਹ ਵੀ ਸਮੁੱਚੀ ਮਨੁੱਖਤਾ ਨੂੰ ਤੰਦਰੁਸਤ ਕਰਨ ਵਿੱਚ ਅਸਮਰਥ ਰਹੀ ਹੈ। ਅੱਜ ਨੇਚਰਪੈਥੀ ਦਾ ਬੜਾ ਰੋਲ ਜੋ ਹੈ ਅਦਾ ਹੋ ਰਿਹਾ, ਔਰ ਇਸਦਾ ਰੋਲਾ ਪੈ ਰਿਹਾ, ਇਸਦੀ ਬੜੀ ਚਰਚ ਹੈ। ਕੁਛ ਵੀ ਹੋਵੇ, ਹਰ ਤਰ੍ਹਾਂ ਦੀ ਪੈਥੀਆਂ ਮੌਜੂਦ ਨੇ, ਐਲੋਪੈਥੀ, ਹੋਮਿਓਪੈਥੀ, ਨੇਚਰਪੈਥੀ ਔਰ ਫਿਰ ਆਯੁਰਵੇਦ। ਲੇਕਿਨ ਰੋਗ ਮੌਜੂਦ ਨੇ, ਬਿਮਾਰੀਆਂ ਮੌਜੂਦ ਨੇ। ਸਾਹਿਬਾਂ ਦੀ ਬਾਣੀ ਤੇ ਕਹਿੰਦੀ ਹੈ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਇੱਕ ਵੈਦ ਨੇ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਨਾਲ ਆਪਣੀ ਦੁਕਾਨ ਸ਼ਿੰਗਾਰ ਕੇ ਰੱਖੀ ਹੋਈ ਹੈ, ਔਰ ਇਹ ਵੈਦ ਆਏ ਹੋਏ ਰੋਗੀਆਂ ਨੂੰ ਦਵਾਈਆਂ ਦੀਆਂ ਪੁੜੀਆਂ ਬਣਾ ਕੇ ਦੇ ਰਿਹਾ। ਕਿਸੇ ਦੀ ਨਬਜ਼ ਦੇਖ ਰਿਹਾ, ਕਿਸੇ ਦੀ ਜ਼ਬਾਨ ਦੇਖ ਰਿਹਾ, ਕਿਸੇ ਦੀਆਂ ਅੱਖਾਂ ਦੇਖ ਰਿਹਾ, ਕਿਸੇ ਤੇ ਸੀਨੇ ਤੇ ਹੱਥ ਰੱਖ ਕੇ ਉਸਦੇ ਦਿਲ ਦੀ ਧੜਕਣ ਨੋਟ ਕਰ ਰਿਹਾ, ਦੇਖ ਰਿਹਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਥੋਂ ਆਗਮਨ ਹੋਇਆ, ਲਾਂਘਾ ਹੋਇਆ। ਵੈਦ ਨੂੰ ਦੇਖਿਆ, ਰੋਗੀਆਂ ਦੀ ਭੀੜ ਨੂੰ ਦੇਖਿਆ, ਸਜੀਆਂ ਹੋਈਆਂ ਦਵਾਈਆਂ ਨੂੰ ਦੇਖਿਆ, ਖਿੜਖਿੜਾ ਕੇ ਹੱਸ ਪਏ। ਵੈਦ ਹੈਰਾਨ ਹੋਇਆ, ਇਹ ਮਹਾਂਪੁਰਸ਼, ਇਹ ਸੰਜੀਦਾ ਮਿਜ਼ਾਜ ਹਸਤੀ, ਇਹ ਤੇ ਕਦੀ ਕਿਸੇ ਤੇ ਨਹੀਂ ਹੱਸਦੀ, ਮੇਰੇ ਤੇ ਹੱਸ ਰਹੇ ਨੇ। ਕੋਲ ਆਇਆ, ਕਦਮਾਂ ਤੇ ਮੱਥਾ ਟੇਕਿਆ, ਹੱਥ ਜੋੜ ਕੇ ਆਖਿਆ, ਬਾਬਾ ਆਓ ਸਾਡੇ ਕੋਲ ਬੈਠੋ ਤੇ ਦੱਸੋ, ਮੈਨੂੰ ਵੇਖ ਕੇ ਹੱਸੇ ਹੋ ਜਾਂ ਮਰੀਜ਼ਾਂ ਨੂੰ ਵੇਖ ਕੇ ਹੱਸੇ ਹੋ ਜਾਂ ਮੇਰੀਆਂ ਦਵਾਨ ਦੁਕਾਨ ਦੇ ਉੱਤੇ ਸਜੀਆਂ ਹੋਈਆਂ ਜੋ ਦਵਾਈਆਂ ਨੇ ਉਹਨਾਂ ਨੂੰ ਵੇਖ ਕੇ ਹੱਸਿਓ। ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਮੁਸਕਰਾਏ, ਕਹਿਣ ਲੱਗੇ, ਵੈਦ ਰਾਜ ਜੇ ਸੱਚ ਪੁੱਛੇ ਤਿੰਨਾਂ ਨੂੰ ਵੇਖ ਕੇ ਹੱਸੇ ਆ, ਸਾਰਿਆਂ ਨੂੰ ਵੇਖ ਕੇ ਹੱਸੇ ਆ। ਕਿਉਂ? ਇਸ ਵਾਸਤੇ ਹੱਸੇ ਆ, ਐ ਵੈਦ, ਮੂਲ ਰੋਗ ਦਾ ਤੈਨੂੰ ਪਤਾ ਹੀ ਨਹੀਂ, ਰੋਗਾਂ ਦੀ ਜੜ ਦਾ ਤੈਨੂੰ ਗਿਆਨ ਹੀ ਨਹੀਂ, ਤੇ ਤੂੰ ਇਲਾਜ ਕਰ ਰਿਹਾ। ਤੇਰੀਆਂ ਦਵਾਈਆਂ ਰੋਗਾਂ ਦੇ ਜੜ ਨੂੰ ਕੱਟ ਹੀ ਨਹੀਂ ਸਕਦੀਆਂ, ਤੇ ਤੂੰ ਇਹ ਦਵਾਈਆਂ ਦੇ ਰਿਹਾ। ਮਰੀਜ਼ਾਂ ਤੇ ਇਸ ਵਾਸਤੇ ਹੱਸਿਆ, ਜਦ ਰੋਗਾਂ ਦਾ ਮੂਲ ਤੂੰ ਦੂਰ ਨਹੀਂ ਕਰ ਸਕਦਾ, ਨਾ ਤੇਰੀਆਂ ਦਵਾਈਆਂ, ਤੇ ਫਿਰ ਵੀ ਇਹ ਤੇਰੇ ਕੋਲ ਆਉਂਦੇ ਨੇ, ਤੇਰੇ ਕੋਲ ਦਵਾਈਆਂ ਲੈਂਦੇ ਨੇ, ਇਸ ਵਾਸਤੇ ਮੈਂ ਹੱਸਿਆ, ਇਸ ਵਾਸਤੇ ਮੇਰਾ ਹਾਸਾ ਨਿਕਲ ਗਿਆ। ਤੋ ਇਹ ਵੈਦ ਹੱਥ ਜੋੜ ਕੇ ਕਹਿੰਦਾ, ਬਾਬਾ ਦੱਸੋਗੇ ਇਹਨਾਂ ਸਾਰਿਆਂ ਦਾ ਫਿਰ ਮੂਲ ਰੋਗ ਕੀ ਹੈ?
ਕੀ ਰੋਗ ਨੇ ਇਹਨਾਂ ਨੂੰ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੂਲ ਰੋਗ ਵੱਖ ਵੱਖ ਨਹੀਂ ਆਉਂਦਾ, ਇੱਕੋ ਹੀ ਆਉਂਦਾ ਔਰ ਸਾਰੇ ਉਸ ਰੋਗ ਦੇ ਗ੍ਰਸੇ ਹੋਏ ਨੇ। ਬਾਬਾ ਉਹ ਮੂਲ ਰੋਗ ਕਿਹੜਾ ਹੈ? ਦੁੱਖ ਵਿਛੋੜਾ, ਇੱਕ ਦੁੱਖ ਬੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਐ ਭੋਲੇ ਵੈਦ, ਤੇਰੇ ਦਾਰੂ ਨਾਲ ਇਹ ਰੋਗ ਜਾਣ ਵਾਲੇ ਨਹੀਂ। ਮੂਲ ਰੋਗ ਹੈ ਈਸ਼ਵਰ ਤੋਂ ਵਿਛੋੜਾ, ਔਰ ਜਦ ਕੋਈ ਵਿਛੜਦਾ ਹੈ, ਟੁੱਟਦਾ ਹੈ, ਉਹ ਤਨ ਕਰਕੇ ਰੋਗਾਂ ਵਿੱਚ ਗ੍ਰਸਿਆ ਜਾਂਦਾ ਹੈ, ਉਹ ਮਨ ਕਰਕੇ ਸੋਗਾਂ ਵਿੱਚ ਗ੍ਰਸਿਆ ਜਾਂਦਾ ਹੈ। ਰੋਗ ਤੇ ਸੋਗ ਇਸ ਗੱਲ ਦਾ ਸਬੂਤ ਨੇ ਕਿ ਈਸ਼ਵਰ ਤੋਂ ਟੁੱਟੇ ਹੋਇਆ, ਪ੍ਰਭੂ ਤੋਂ ਟੁੱਟੇ ਹੋਇਆ। ਹੱਥ ਜੋੜ ਕੇ ਇਹ ਵੈਦ ਕਹਿੰਦਾ ਇਲਾਜ, ਦੁੱਖ ਵਿਛੋੜਾ ਇੱਕ ਦੁੱਖ ਬੁੱਖ। ਪਹਿਲਾ ਰੋਗ ਤੇ ਇਹ ਹੈ ਜੋ ਈਸ਼ਵਰ ਨੂੰ ਭੁੱਲਿਆ ਹੈ, ਮਨੁੱਖ ਵਿਛੜਿਆ ਹੈ, ਬਸ ਭੁੱਲਣਾ ਹੀ ਵਿਛੜਨਾ ਹੈ। ਕਿਉਂਕਿ ਭੁੱਲਣਾ ਹੀ ਵਿਛੜਨਾ ਹੈ ਤਾਂ ਭੁੱਲਣਾ ਹੀ ਰੋਗ ਹੈ। ਸਿਰਫ ਰੋਗ ਹੀ ਕਿਉਂ, ਰੋਗਾਂ ਦੀ ਖਾਣ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਭੁੱਲ ਜਾਣਾ ਹੀ ਅਨੇਕਾਂ ਰੋਗਾਂ ਦਾ ਜੋ ਹੈ ਜਨਮਦਾਤਾ ਹੈ। ਕਿਉਂਕਿ ਭੁੱਲਣਾ ਵਿਛੜਨਾ, ਵਿਛੜਦਿਆਂ ਜੋ ਦੂਸਰਾ ਰੋਗ ਲੱਗਦਾ ਹੈ ਤ੍ਰਿਸ਼ਨਾ, ਭੁੱਖ ਜੋ ਕਦੀ ਮਿਟਦੀ ਨਹੀਂ। ਖਾ ਲਿਆ ਭੋਜਨ, ਭਰ ਗਿਆ ਪੇਟ, ਲੇਕਿਨ ਭੋਜਨ ਦੀ ਤ੍ਰਿਸ਼ਨਾ ਨਹੀਂ ਮਿਟਦੀ। ਪਹਿਨ ਲਏ ਨੇ ਕੱਪੜੇ, ਢੱਕ ਗਿਆ ਤਨ, ਲੇਕਿਨ ਕੱਪੜਿਆਂ ਦੀ ਤ੍ਰਿਸ਼ਨਾ ਨਹੀਂ ਮਿਟਦੀ। ਕਮਾ ਲਿਆ ਧਨ, ਭਰ ਗਈ ਤਿਜੋਰੀ, ਲੇਕਿਨ ਧਨ ਦੀ ਤ੍ਰਿਸ਼ਨਾ ਨਹੀਂ ਮਿਟਦੀ। ਚਾਹੀਦੇ ਨੇ ਪਦਾਰਥ, ਮਾਣ ਲਿਆ ਰਸ, ਭਰ ਲਿਆ ਘਰ, ਪਰ ਤ੍ਰਿਸ਼ਨਾ ਨਹੀਂ ਮਿਟਦੀ। ਇਹ ਦੂਸਰਾ ਰੋਗ ਹੈ, ਦੁੱਖ ਵਿਛੋੜਾ ਇੱਕ ਦੁੱਖ ਬੁੱਖ, ਇੱਕ ਦੁੱਖ ਸਖਤ ਵਾਰ ਜਮਦੋਤ। ਇਹ ਦੋ ਦੁੱਖ ਪੈਦਾ ਕਰ ਦਿੰਦੇ ਨੇ ਦੁੱਖ ਜਨਮ ਨੂੰ। ਜਿਸ ਨੂੰ ਦੁੱਖਾਂ ਦੀ ਖਾਣ ਕਹਿ ਦਿੱਤਾ ਗਿਆ, ਜਨਮ ਹੈ ਤਾਂ ਹੁਣ ਸਾਰੇ ਦੁੱਖ ਮੌਜੂਦ ਨੇ, ਜਨਮ ਹੈ ਤਾਂ ਸਾਰੇ ਰੋਗ ਹੁਣ ਮੌਜੂਦ ਨੇ। ਇਹਨਾਂ ਰੋਗਾਂ ਦਾ ਵੱਖ ਵੱਖ ਢੰਗ ਨਾਲ ਜੋ ਮਾਂਦਰੀ, ਜੋ ਆਯੁਰਵੇਦ ਆਚਾਰੀਆ, ਜੋ ਮੈਡੀਕਲ ਸਾਇੰਸ ਉਪਚਾਰ ਕਰਦੀ ਰਹੀ, ਇਸ ਨਾਲ ਤੇ ਮਸਲਾ ਹੱਲ ਨਹੀਂ ਹੋਇਆ। ਪਰ ਗੁਰੂ ਨਾਨਕ ਨੇ ਇੱਕ ਔਸ਼ਧੀ ਦੱਸੀ ਹੈ, ਇਸ ਦਵਾਈ ਨਾਲ ਰੋਗ ਸਾਰੇ ਮਿਟ ਸਕਦੇ ਨੇ, ਮਨੁੱਖ ਸਵਸਥ ਹੋ ਸਕਦਾ ਹੈ। ਕੀ ਹੈ ਉਹ ਔਸ਼ਧੀ? ਸਰਬ ਰੋਗ ਕਾ ਔਖਦ ਨਾਮ, ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ। ਬਹੁਤ ਯਤਨ ਕੀਤੇ ਨੇ, ਬਹੁਤ ਉਪਾਅ ਕੀਤੇ ਨੇ, ਰੋਗ ਦੂਰ ਨਹੀਂ ਹੋਏ। ਤਾਂ ਸਤਿਗੁਰ ਫਰਮਾਉਂਦੇ ਨੇ ਅਨਕ ਉਪਾਵੀ, ਰੋਗ ਨਾ ਜਾਏ ਰੋਗ ਮਿਟੇ ਹਰ ਔਖਦ ਲਾਏ। ਹੁਣ ਬਥੇਰੀਆਂ ਔਸ਼ਧੀਆਂ ਤੂੰ ਖਾ ਲਈਆਂ ਨੇ, ਹਰੀ ਨਾਮ ਦੀ ਔਸ਼ਧੀ ਖਾ,
ਪਰਮਾਤਮਾ ਦਾ ਨਾਮ ਜਪਣਾ ਇੱਕ ਦਾਰੂ ਹੈ, ਪਰਮਾਤਮਾ ਦਾ ਨਾਮ ਜਪਣਾ ਇੱਕ ਔਸ਼ਧੀ ਹੈ। ਐਸੀ ਔਸ਼ਧੀ ਜੋ ਸਰੀਰ ਦੇ ਚੋਂ ਸਾਰੇ ਰੋਗਾਂ ਨੂੰ ਕੱਢ ਦਿੰਦੀ ਹੈ। ਅਗਰ ਵਾਕਈ ਜਪਦਿਆਂ ਵੀ ਸਰੀਰ ਰੋਗੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ, ਜਪ ਦੇ ਚ ਕੋਈ ਕਮੀ ਹੋਵੇਗੀ, ਦਵਾਈ ਖਾਧੀ ਹੋਵੇਗੀ, ਪਰਹੇਜ਼ ਨਹੀਂ ਰੱਖਿਆ ਹੋਵੇਗਾ, ਜਾਂ ਦਵਾਈ ਸਿਰਫ ਮੂੰਹ ਦੇ ਚ ਹੀ ਰੱਖ ਲਈ ਹੋਵੇਗੀ, ਥੱਲੇ ਨਹੀਂ ਗਈ ਹੋਵੇਗੀ। ਅਗਰ ਇਹ ਔਸ਼ਧੀ ਵਾਕਈ ਹਿਰਦੇ ਤੱਕ ਪਹੁੰਚ ਜਾਏ ਤਾਂ ਤਨ ਦੇ ਚੋਂ ਸਾਰੇ ਰੋਗ ਕੱਢ ਦਿੰਦੀ ਹੈ। ਨਾਮ ਦਾਰੂ ਹੈ, ਨਾਮ ਔਸ਼ਧੀ ਹੈ, ਨਾਮ ਵੈਦ ਹੈ, ਨਾਮ ਇੱਕ ਮਹਾਨ ਇਲਾਜ ਦੀ ਪੱਧਤੀ ਹੈ। ਕਾਸ਼ ਦੁਨੀਆ ਇਸ ਨੂੰ ਸਮਝੇ ਔਰ ਪ੍ਰਭਾਵਿਤ ਹੋਵੇ ਤਾਂ ਮੈਡੀਕਲ ਸਾਇੰਸ ਅੱਜ ਝੁਕ ਸਕਦੀ ਹੈ, ਔਰ ਇਹ ਝੁਕੇ ਹੋਏ ਵੀ ਨੇ, ਕਿਉਂਕਿ ਐਲਾਨੀਆਂ ਕਹਿ ਰਹੇ ਨੇ ਸਾਰੇ ਰੋਗ ਸਾਡੇ ਕਾਬੂ ਦੇ ਚ ਨਹੀਂ, ਪਰ ਸਾਰੇ ਰੋਗ ਨਾਮ ਦੇ ਕਾਬੂ ਦੇ ਜ਼ਰੂਰ ਨੇ। ਨਾਮ ਸਾਰੇ ਰੋਗਾਂ ਨੂੰ ਕੱਟਣ ਦੇ ਚ ਸਮਰੱਥ ਹੈ, ਔਰ ਇਹ ਸਮਰੱਥਾ ਬਕਾਇਦਾ ਉਸਦੇ ਕੋਲ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਵਾਸਤੇ ਉਸ ਵੈਦ ਨੂੰ ਕਹਿੰਦੇ ਨੇ ਕਿ ਇਹ ਰੋਗ ਤੇਰੀਆਂ ਦਵਾਈਆਂ ਨਾਲ ਦੂਰ ਜੋ ਹੈ ਨਹੀਂ ਹੋਣ ਲੱਗੇ। ਐਸਾ ਦਾਰੂ ਲੋੜ ਲੋ ਜਿਸ ਵੰਜੇ ਰੋਗਾਂ ਘਾਣ, ਰੋਗਾਂ ਦਾ ਘਾਣ ਚਲਾ ਜਾਏ, ਐਸਾ ਦਾਰੂ ਲੱਭੋ। ਐ ਭੋਲੇ ਵੈਦ, ਤੈਨੂੰ ਮੂਲ ਰੋਗਾਂ ਦਾ ਕੋਈ ਗਿਆਨ ਨਹੀਂ, ਕੋਈ ਬੋਧ ਨਹੀਂ, ਇਸ ਵਾਸਤੇ ਮੈਂ ਤੇਰੀ ਜਾਣਕਾਰੀ ਤੇ ਹੱਸਿਆ, ਤੇਰੀ ਜਾਣਕਾਰੀ ਬਿਲਕੁਲ ਜੋ ਹੈ ਅਧੂਰੀ ਹੈ। ਸੰਸਾਰ ਨੂੰ ਸਮਝਾਉਣਾ ਪਏਗਾ, ਮਨਾਉਣਾ ਪਏਗਾ, ਪ੍ਰਥਮ ਤੂੰ ਰੋਗੀ ਹੈ ਔਰ ਦਾਰੂ ਇਹ ਹੈ। ਕਈ ਦਫ਼ਾ ਲੰਬੀ ਬਿਮਾਰੀ ਵਿੱਚ ਜੀਵਦਿਆਂ ਰੋਗੀ ਕਬੂਲ ਕਰਨ ਤੋਂ ਵੀ ਇਨਕਾਰੀ ਹੋ ਜਾਂਦਾ ਹੈ ਕਿ ਮੈਂ ਰੋਗੀ ਹਾਂ, ਮੈਂ ਬਿਮਾਰ ਹਾਂ, ਕਿਉਂਕਿ ਗੁਰੂ ਨਾਨਕ ਦੀ ਬਾਣੀ ਕਹਿ ਰਹੀ ਹੈ ਹਰ ਇੱਕ ਬਿਮਾਰ ਹੈ, ਜੋ ਜੋ ਦੀਸੇ ਸੋ ਸੋ ਰੋਗੀ। ਪਰ ਇਹ ਵੱਖ ਵੱਖ ਰੋਗਾਂ ਦਾ ਇਲਾਜ ਇੱਕੋ ਹੀ ਹੈ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ। ਇਹ ਠੀਕ ਹੈ, ਵੈਦ ਮੈਡੀਕਲ ਸਾਇੰਸ ਔਰ ਅਲੱਗ ਅਲੱਗ ਇਹ ਪੈਥੀਆਂ ਇਲਾਜ ਦੀਆਂ ਪੱਧਤੀਆਂ ਵਕਤੀ ਤੌਰ ਤੇ ਇਲਾਜ ਨੂੰ ਕਰਕੇ ਰੋਗ ਨੂੰ ਦਬਾ ਤੇ ਦਿੰਦੀਆਂ ਨੇ, ਰੋਗ ਮਿਟਾਉਂਦੀਆਂ ਨਹੀਂ। ਨਾਮ ਰੋਗ ਨੂੰ ਦਬਾਉਂਦਾ ਨਹੀਂ, ਰੋਗ ਨੂੰ ਮਿਟਾ ਹੀ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਤਾਂ ਨਾਮ ਹੀ ਇੱਕ ਔਸ਼ਧੀ ਹੈ, ਨਾਮ ਹੀ ਵੈਦ ਹੈ, ਨਾਮ ਇੱਕ ਐਸਾ ਅੰਮ੍ਰਿਤ ਹੈ, ਸਰੀਰ ਵਿੱਚ ਕਿਸੇ ਪ੍ਰਕਾਰ ਦੀ ਜੋ ਹੈ ਜ਼ਹਿਰ ਰਹਿਣ ਨਹੀਂ ਦਿੰਦਾ, ਸਰੀਰ ਕੰਚਨ ਵਰਗਾ ਹੋ ਜਾਂਦਾ ਹੈ, ਸਰੀਰ ਕੇਸਰ ਵਰਗਾ ਪਾਵਨ ਹੋ ਜਾਂਦਾ ਹੈ, ਔਰ ਸਰੀਰ ਦੇ ਵਿੱਚ ਚੰਦਨ ਜੈਸੀ ਮਹਿਕ ਉਤਪੰਨ ਹੋ ਜਾਂਦੀ ਹੈ। ਇਸ ਤਰ੍ਹਾਂ ਦਾ ਸਰੀਰ ਨਾਮ ਦਾ ਜੋ ਦਾਰੂ ਹੈ, ਨਾਮ ਦੀ ਜੋ ਔਸ਼ਧੀ ਹੈ ਉਹ ਬਣਾ ਦਿੰਦੀ ਹੈ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਸਮੂਹ ਜਗਤ ਨੂੰ ਇਸ ਗੱਲ ਦੀ ਸੂਝ ਮਿਲੇ, ਸਮਝ ਮਿਲੇ ਕਿ ਮੇਰੇ ਰੋਗਾਂ ਦਾ ਇਲਾਜ ਕੇਵਲ ਪ੍ਰਭੂ ਦਾ ਨਾਮ ਹੈ, ਈਸ਼ਵਰ ਦਾ ਚਿੰਤਨ ਹੈ, ਖੁਦਾਈ ਜਪ ਹੈ, ਪ੍ਰਭੂ ਦਾ ਨਾਮ ਹੈ, ਵਾਹਿਗੁਰੂ ਦਾ ਮੰਤਰ ਹੈ।